सत श्री अकाल देश प्रदेश देख रहे सारे दर्शकों का स्वागत। मैं थोड़ा अपना दोस्त अमन हाजिर है अज का प्रोग्राम लैके। अज प्रोग्राम बहुत ही खास रहेगा क्योंकि अज के प्रोग्राम दे विच असी डिस्कस करांगे साडे पंजाबियों बारे। खास एक जाने जाता भी पंजाबी या तो आस्ट्रेलिया जाते हैं या ज़्यादा कैनेडा जाते हैं। कैनेडा बारे बहुत बारी डिस्कशन की है। अज आस्ट्रेलिया लैके हर एक चीज़ थोड़े अगे रखने की कोशिश करांगे। आस्ट्रेलिया स्टूडेंट वीज़ा किवें लिया जा सकता है, किहड़ी प्रोफाइल का लगता है, अज एडवरटाइजमेंट दे विच की हाईलाइट हुंदा, उहदी सच्चाई की है, एक्चुअल उहदे पिछली जिहड़ी हिडन चीज़ां ने उह की ने, फंड्स नूं लैके की रिक्वायरमेंट है, चाहिए है या नहीं चाहिए, सक्सैस की है, जे रिजैक्शन आ रही है तो उहनां दे कारण की ने। कहण तों भाव हर एक गल आस्ट्रेलिया बारे सांझी कीती जाएगी, चाहे तुसीं प्लस टू कीती है करन जा रहे हो या तुसी ग्रेजुएशन कीती है मास्टर कीती है आस्ट्रेलिया जाना चाहुंदे हो तो अज दा शो जरूर देखियो। थोड़े लिए इस च हर इनफॉर्मेशन जिहड़ी है सांझी कीती जाएगी। कोई मन दे विच सवाल रह जांदा तां साडे एक्सपर्ट दा नंबर टीवी स्क्रीन ते चल रहा है, उहदे ते कॉल करके तुसी सारे अपनी जानकारी डायरैक्टली भी लै सकते हो। मेरे नाल मौजूद ने आस्ट्रेलिया दी ही कंपनी आस्ट्रेलिया दी ही एक्सपर्ट OECC तो बीरी चावला जी। बीरी भाजी बहुत बहुत स्वागत। सत श्री अकाल भाजी ते दर्शकां नूं सार प्यार भरी सत श्री अकाल जी। ਵੀਰੀ ਭਾਈ ਵੈਸੇ ਇਹਨਾਂ ਦੀ ਸਾਡੇ ਕੋਲ ਕਹਿਣਾ ਐਬਸੈਂਟ ਜ਼ਿਆਦਾ ਲੱਗ ਜਾਂਦੀ ਹੈ ਕਿਉਂਕਿ ਭਾਜੀ ਤੁਹਾਡਾ ਟੂਰ 'ਤੇ ਜ਼ਿਆਦਾ ਰਹਿੰਦੇ, ਕਦੀ ਨੇਪਾਲ ਕਦੀ ਆਸਟ੍ਰੇਲੀਆ। ਪਹਿਲੇ ਤਾਂ ਇਹੀ ਸ਼ਿਕਾਇਤ ਰਹਿੰਦੀ ਹੈ ਜੀ, ਸਾਡੀ ਵੀ ਸ਼ਿਕਾਇਤ ਹੈ, ਕੀ ਕਾਰਨ ਹੈ ਜਿਹੜਾ ਸਾਰੇ ਪਾਸੇ ਟੂਰਿੰਗ 'ਚ ਜ਼ਿਆਦਾ ਬਿਜ਼ੀ ਰਹਿੰਦੇ ਹੋ? ਦੇਖੋ ਭਾਜੀ, ਇੱਕ ਜਦ ਮੈਂ ਬਿਜ਼ਨਸ ਸ਼ੁਰੂ ਕੀਤਾ ਸੀ, ਇੱਕ ਇੰਟੈਂਸ਼ਨ ਸੀਗੀ ਕਿ ਬੱਚਿਆਂ ਨੂੰ ਕਲਾਸ ਸਰਵਿਸਿਜ਼ ਦੇਣੀ ਹੈ, ਠੀਕ ਹੈ, ਇੱਕ ਜੈਨੂਇਨ ਸਰਵਿਸਿਜ਼ ਦੇਣੀ ਹੈ, ਆਪਣੇ ਵੱਲੋਂ ਜੈਨੂਇਨ ਐਡਵਾਈਸ ਦੇਣੀ ਹੈ, ਫੋਲੋ ਕਰਨਾ ਨਾ ਕਰਨਾ ਉਹਨਾਂ ਦੀ ਇੱਛਾ ਹੈ। ਦੂਜਾ ਇਹ ਸੀਗਾ ਕਿ ਇੱਕ ਵਧੀਆ ਲੈਵਲ 'ਤੇ ਬਿਜ਼ਨਸ ਲੈ ਕੇ ਜਾਣਾ, ਠੀਕ ਹੈ, ਜਿਹੜੀ ਵਧੀਆ ਸਰਵਿਸ ਹਰ ਜਗ੍ਹਾ ਪ੍ਰੋਵਾਈਡ ਕਰ ਸਕੇ। ਉਸੇ ਕਰਕੇ ਬੱਚਿਆਂ ਦਾ ਪਿਆਰ, ਫੈਮਲੀਜ਼ ਦਾ ਪਿਆਰ, ਠੀਕ ਹੈ, ਜਿਸ ਕਰਕੇ ਸਾਡੀ ਐਕਸਪੈਂਸ਼ਨ ਵੱਧਦੀ ਰਹੀ। ਅੱਜ ਦੀ ਡੇਟ 'ਚ ਜ਼ਿਆਦਾ ਸਮਾਂ ਜਿਹੜਾ ਉਹ ਟੂਰਿੰਗ 'ਤੇ ਹੀ ਨਿਕਲ ਜਾਂਦਾ। ਆਸਟ੍ਰੇਲੀਆ ਭਾਜੀ ਕਿੱਥੇ ਕਿੱਥੇ ਆਫਿਸ ਖੋਲ੍ਹੇ ਆ ਸਿੰਘ ਆਸਟ੍ਰੇਲੀਆ ਦੇ ਵਿੱਚ? ਆਸਟ੍ਰੇਲੀਆ 'ਚ ਭਾਜੀ ਸਾਡਾ ਆਫਿਸ ਜਿਹੜਾ ਹੈ ਉਹ ਬ੍ਰਿਸਬਨ, ਸਿਡਨੀ, ਮੈਲਬਰਨ ਅਤੇ ਪਰਥ ਹੈ, ਅਤੇ ਹੁਣ ਹੋਰ 3 ਆਫਿਸ ਖੋਲ੍ਹਣ ਜਾ ਰਹੇ ਹਾਂ ਜਿਹੜੀ ਕਿ ਵੱਖ ਵੱਖ ਲੋਕੇਸ਼ਨਸ 'ਤੇ ਹੈ, ਜਿੱਥੇ ਹਰ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚਿਆਂ ਨੂੰ। ਜਿਹੜੇ ਬੱਚੇ OECC ਤੋਂ ਜਾ ਰਹੇ ਉਹਨਾਂ ਨੂੰ ਪੋਸਟ ਲੈਂਡਿੰਗ ਸਰਵਿਸ ਦਿੱਤੀ ਜਾਂਦੀ ਹੈ। ਜਿਹੜੇ ਬੱਚੇ ਜੇ ਵੈਸੇ ਕੋਈ ਮੋਰਲ ਸਪੋਰਟ ਚਾਹੀਦੀ ਕਿਸੇ ਨੂੰ, ਕੋਈ ਵੈਸੇ ਸਪੋਰਟ ਚਾਹੀਦੀ ਹੈ ਤਾਂ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ ਸਟੂਡੈਂਟ ਕੋਰਸ ਚੇਂਜ ਦੀ ਪ੍ਰੋਵਾਈਡ ਕੀਤੀ ਜਾਂਦੀ ਹੈ, PR ਦੀ, TR ਦੀ, ਅਗਰ ਤੁਸੀਂ ਕੋਈ ਅਪੀਲ ਪਾਉਣੀ ਹੈ ਉਹਦੇ ਲਈ, ਹਰ ਤਰ੍ਹਾਂ ਦੀ ਸਰਵਿਸ ਜਿਹੜੀ ਹੈ OECC ਦੇ ਜਿਹੜੇ ਆਨਸ਼ੋਰ ਆਫਿਸਿਸ ਪ੍ਰੋਵਾਈਡ ਕਰਦੇ ਆ ਮਾਈਗ੍ਰੇਸ਼ਨ ਰਿਲੇਟਡ। ਇੱਕ ਚੀਜ਼ ਪੁੱਛਣਾ ਚਾਹੁੰਦਾ ਭਾਅ ਜੀ, ਇਸ ਤੋਂ ਪਹਿਲੇ ਆਪਾਂ ਬਾਕੀ ਸਵਾਲਾਂ 'ਤੇ ਵੀ ਗੱਲ ਆਈਏ। ਇੱਕ ਏਜੰਟ ਇੱਥੇ ਬੈਠਾ ਕੈਰੀਅਰ ਕਾਉਂਸਲਿੰਗ ਦਿੰਦਾ, ਉਹਦੇ ਕਾਲਜ ਯੂਨੀਵਰਸਿਟੀ ਨਾਲ ਟਾਈਅਪ ਨੇ, ਉਹ ਐਪਲੀਕੇਸ਼ਨ ਲਾਉਂਦਾ, ਬੱਚੇ ਦਾ ਵੀਜ਼ਾ ਲਵਾਉਂਦਾ, ਭੇਜ ਦਿੰਦਾ। ਇੱਕ OECC ਹੈ ਜਿਹਦੇ ਇੱਥੇ ਵੀ ਆਫਿਸ ਨੇ, PR ਤੱਕ ਸਰਵਿਸਿਜ਼ ਦਿੰਦੇ ਆ, ਈਵਨ ਅਪੀਲ ਜਿਹੜਾ ਕੋਰਟ 'ਤੇ ਜਾ ਕੇ ਵੀ ਲੜਨਾ ਟ੍ਰਿਬਿਊਨਲ ਦੇ ਵਿੱਚ, ਉਹ ਵੀ ਸਰਵਿਸਿਜ਼ ਹੁੰਦੀਆਂ। ਸਟੂਡੈਂਟ ਨੂੰ OECC ਦਾ ਬਾਕੀਆਂ ਨਾਲੋਂ ਅਲੱਗ ਬੈਨੀਫਿਟ ਕੀ ਮਿਲਦਾ? ਭਾਅ ਜੀ ਬੈਨੀਫਿਟ ਇਹ ਹੈ, ਦੇਖੋ ਸਭ ਤੋਂ ਪਹਿਲੇ ਇਹ ਬੈਨੀਫਿਟ ਇਹ ਹੈ ਕਿ ਜਿਹੜਾ ਸਾਡਾ ਵਿਜ਼ਨ ਹੈ, ਇੱਕ ਵਿਜ਼ਨ ਹੈ ਇੱਕ ਜੈਨੂਇਨ ਐਡਵਾਈਸ ਦਾ, ਇੱਕ ਰਿਜ਼ਲਟ ਓਰੀਐਂਟਡ ਕੈਰੀਅਰ ਕਾਉਂਸਲਿੰਗ ਪ੍ਰੋਪਰਲੀ। ਬਿਲਕੁਲ, ਕਰੀਅਰ ਕਾਉਂਸਲਿੰਗ। ਦੇਖੋ ਅਸੀਂ ਇਹ ਨਹੀਂ ਆ ਕਿ ਜੀ ਤੁਸੀਂ ਹੁਣ ਬੜੇ ਉੱਥੇ ਏਜੰਸੀ ਹੋਈ ਬੈਠੀ ਹੈ, ਜਿਹੜਾ ਬੱਚਾ ਲੈਂਡ ਕਰਦਾ ਉਹਨਾਂ ਨੇ ਟੈਕਸੀ ਡੀ ਜਿਹੜੇ ਡਰਾਈਵਰ ਆ ਉਹਨਾਂ ਨਾਲ ਡੀਲ ਕੀਤੀ ਜੀ ਬੱਚੇ ਨੂੰ ਲਿਆ ਕੋਰਸ ਚੇਂਜ ਕਰਨਾ। ਅੱਛਾ, ਸਾਡੇ ਕੋਲ ਤੁਸੀਂ ਬੜੀ ਵਾਰ ਨੋਟ ਕਰੋਗੇ ਅਗਰ ਉੱਥੇ ਦੀ ਤੁਹਾਡੇ ਕੋਲ ਵਾਕਫ ਹੈ, ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਕਿ ਜਿਹੜਾ ਬੱਚਾ ਆਉਂਦਾ ਉਹਨੂੰ ਸਹੀ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਤੇਰਾ ਇਹ ਪੋਸੀਬਿਲਿਟੀ ਹੈ, ਇਹ ਤੇਰੇ ਕਰੀਅਰ ਲਈ ਬੈਨੀਫਿਟ ਹੈ ਨਹੀਂ ਹੈ। ਬੜੀ ਵਾਰ ਬੱਚੇ ਨਿਰਾਸ਼ ਵੀ ਹੋ ਜਾਂਦੇ ਆ ਕਿ ਜੀ ਤੁਸੀਂ ਤਾਂ ਕੁਛ ਹੋਰ ਹੀ ਕਹੀ ਜਾਂਦੇ ਹੋ, ਠੀਕ ਹੈ, ਬਾਕੀ ਕੁਛ ਹੋਰ ਕਹੀ ਜਾਂਦੇ ਆ। ਦੂਜੀ ਚੀਜ਼ ਇਹ ਹੈ ਕਿ ਮੇਰੀ ਆਪ ਦੀ ਫੈਮਲੀ ਬੇਸਡ ਉੱਥੇ ਭਾਜੀ, ਮਾਈ ਵਾਈਫ ਮੈਨੇਜਸ ਦੀ ਹੋਲ ਆਪਰੇਸ਼ਨਸ ਇਨ ਆਸਟ੍ਰੇਲੀਆ, ਠੀਕ ਹੈ, ਮੈਲਬਰਨ ਆਫਿਸ ਵੀ ਉਹ ਆਪ ਬੈਠਦੀ ਹੈ, ਹਰ ਹਫ਼ਤੇ ਉਹ ਡਿਫਰੈਂਟ ਆਫਿਸਿਸ ਜਾਂਦੀ ਹੈ, ਉੱਥੇ ਇੱਕ ਹਫ਼ਤਾ ਸਪੈਂਡ ਕਰਦੀ ਹੈ, ਠੀਕ ਹੈ, ਉਹਦੇ ਵੀ ਉਹਨੂੰ ਵੀ ਇਸੇ ਤਰ੍ਹਾਂ ਦਾ ਹੈ ਇੱਕੋ ਹੀ ਜਿਹੜਾ ਜਜ਼ਬਾ ਜਾ ਹੈ ਕਿ ਜਿਹੜਾ ਸਾਡੇ ਕੋਲ ਸਟੂਡੈਂਟ ਆ ਰਿਹਾ ਹੈ ਉਹਨੂੰ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਜਾਏ। ਹਰ ਸਾਲ ਅਸੀਂ ਆਸਟ੍ਰੇਲੀਆ 1000 ਤੋਂ 1200 ਬੱਚਾ ਭੇਜ ਰਹੇ ਹਾਂ। ਬੜੀ ਵਾਰ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ, ਕਿਸੇ ਬੱਚੇ ਨੂੰ ਲੱਗਦਾ ਕਿ ਹੋਮ ਸਿਕਨੈਸ ਹੈ, ਕਿਸੇ ਨੂੰ ਕੰਮ ਨਹੀਂ ਮਿਲ ਰਿਹਾ, ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਕੋਰਸ ਨੂੰ ਲੈ ਕੇ, ਯੂਨੀਵਰਸਿਟੀ ਨੂੰ ਲੈ ਕੇ, ਸਾਨੂੰ ਰਾਤੀ ਵੀ ਫੋਨ ਆਉਂਦੇ 11 ਵਜੇ, ਠੀਕ ਹੈ, ਸਵੇਰੇ ਵੀ ਮੈਸੇਜ ਆਉਂਦੇ ਹੈ। ਉਹਦਾ ਇਹ ਅਸੀਂ ਸਭ ਤੋਂ ਵੱਡਾ ਬੈਨੀਫਿਟ ਦਿੰਦੇ ਹਾਂ ਕਿ ਅਸੀਂ ਉਹਨੂੰ ਯੂਨੀਵਰਸਿਟੀ ਦੀ ਜਿਹੜੀ ਟੀਮ ਹੈ ਕੋਰ ਟੀਮ ਨਾਲ ਬਿਠਾ ਕੇ ਉਹਨੂੰ ਸੋਲਿਊਸ਼ਨਸ ਪ੍ਰੋਵਾਈਡ ਕਰੀਦੇ ਆ, ਤਾਂ ਕਿ ਬੱਚੇ ਨੂੰ ਕਿਸੇ ਤਰ੍ਹਾਂ ਦਾ ਇਹ ਨਾ ਫੀਲ ਹੋਏ ਕਿ ਮੈਂ ਇੱਥੇ ਇਸ ਪਰਾਏ ਮੁਲ 'ਚ ਆਪਣੇ ਆਪ 'ਚ ਬੈਠਾ, ਮੈਨੂੰ ਇੱਥੇ ਕੋਈ ਸਪੋਰਟ ਨਹੀਂ ਹੈ। ਸਪੋਰਟ ਜਿਹੜਾ ਸਾਡੀ ਹੈ, ਜਿਹੜਾ ਸਟਰਕਚਰ ਹੈ, ਉਹ ਸਭ ਤੋਂ ਵੱਡਾ ਸਾਡੀ ਜਿਹੜਾ ਸਟਰੋਂਗ ਫੁੱਟ ਹੈ। ਜਿਹੜੀ ਇੱਕ ਬੱਚਿਆਂ ਦੇ ਮਨ ਦੇ ਵਿੱਚ, ਖਾਸ ਕਰ ਮੈਂ ਕੁੜੀਆਂ ਲਈ ਪੁੱਛਣਾ ਚਾਹੁੰਦਾ, ਪੇਰੈਂਟਸ ਟੈਨਸ਼ਨ ਦੇ ਵਿੱਚ ਹੁੰਦੇ ਨੇ, ਕੁੜੀ ਨੇ ਜਾਣਾ ਉੱਥੇ, ਰਿਸ਼ਤੇਦਾਰ ਨਹੀਂ ਹੈ,
पोस्ट लैंडिंग सर्विसिज़ नूं लै के या अकोमोडेशन नूं लै के होर चीज़ां काफ़ी होंदियां ने भी कुड़ी नवीं जगह पर जा रही है पहली बारी देश तो बाहर जाना कल्ली ने जाना कौन संभालेगा उच्चे ओईसीसी किच्चे स्टैंड भाई देखो कॉमनली बड़े बार आते हैं साढ़े को जी ऑस्ट्रेलिया कितना भेज दिए साडा कोई रिश्तेदार नहीं है कौन देखूगा बच्चे नूं तां इदां कुछ नहीं है जे तुहानूं इदां दा कोई इशू लगता है तो असीं तुहाडे बच्चे लई यूनिवर्सिटी च अकोमोडेशन करा के दिंदे आ जे बच्चे नूं फिर भी प्रॉब्लम आती है अकोमोडेशन सर्विसिज़ है जॉब सपोर्ट सर्विसिज़ है रेज्यूमे राइटिंग सर्विसिज़ है ठीक है छड्डो एक बिजनेस एस्पैक्ट तो दूर होकर भी पर्सनल लैवल पर भी असीं सपोर्ट करते हैं बड़ी बार है भाजी असी पर्थ ऑफिस की गल करिए कई जेडे मेरे भेजे स्टूडेंट ही मेरे को उत्थे पार्ट टाइम काम कर रहे ताकि उन्होंने सपोर्ट मिलती रहे बच्चों जॉब ईजी नहीं मिल रही थी असी उन्होंने एक ऑपरचुनिटी दी काफ़ी बच्चे जे अज भी उत्थे इन टच रहेंगे कि अज मेरा इतने ये होया जी मैं इदा की सपोर्ट चाहिए एक बच्चा सगा जरा सिडनी जाना चाहता सी लेकिन सिडनी एलीजिबिलिटी ना बनन करके वह पर्थ गया उत्थे जाते सार ही तीन दिन बाद अवतार सिंह मुंडे का ना उन्होंने लग्या कि उन्होंने होम सिकनेस फील हो रही है उन्हें बार बार मैसेज आया सानू कि मैं वापस आना चाहना इमीजिएटली रात को 9:30 असी यूनिवर्सिटी डायरेक्टर नू जगाया कि ये साडे बच्चे नू प्रॉब्लम आ रही है कल सवेरे तुसी उन्हें फर्स्ट एड मिलो ठीक है वो सवेरे इंटरनेशनल डायरेक्टर अपने परसनल लैवल पर बच्चे नू सवेरे ब्रेकफास्ट लैके गई गलबात की लोगों नाल इंट्रोड्यूस कराया होर स्टूडेंट्स नाल इंट्रोड्यूस कराया एक बच्चे नू सपोर्ट दित्ती अज वही बच्चा जिहड़ा सब तो वधिया कहिंदा जी इस तो वधिया मैनू कोई यूनिवर्सिटी नहीं इस तो वधिया मैनू कोई एरिया नहीं जिथे मैं रह सकां ते सपोर्ट बहुत जरूरी है भाजी एक जिहड़ा बिल्कुल मोरल सपोर्ट जिहड़ी है एक परसनल सपोर्ट जिहड़ी है बहुत जरूरी है खासकर यह मिलती भी साडे पंजाबियों वल्लों ये ज़्यादा क्योंकि इमोशनली टच हो जाता जदों बच्चा एक पेरेंट्स लैके आउंदे ने उहनूं भी इहनूं बाहर भेजना है ये थोड़ा ही बच्चा है जी बड़ियां चीज़ां कही भी जांदी और खासकर कई पंजाबी दिलों मनते भी ने इहदे च की हुंदा एक ने वीज़ा लवा के भेज दिता उस तो बाद उहनूं कमीशन आ गई दैट्स ऑल उन्हों उस तो बाद थोड़े बच्चे नाल कोई मतलब नहीं क्योंकि उन्हों जिते दा काम सीगा हो गया हुण जिहड़ी जिहड़ी कंपनीज़ उत्थे ऑफिस दे विच सर्विसिज़ देनियां सेम एज़ ओईसीसी उन्हां दे यही चक्कर दे विच भी असीं इमोशनली अटैच हाँ बच्चे नूं पोस्ट लैंडिंग सर्विसिज़ भी देनियां बच्चे नूं जॉब लई भी हैल्प करनी है रिज्यूमे राइटिंग दे विच भी हैल्प करनी है सो ये सारी सर्विसिज़ जदों मिलदियां बच्चे दा मॉरल डाउन नहीं जांदा बच्चा एक कामयाबी दे राह ते तुरदा क्योंकि उत्थों जिहड़ा एक्सपीरियंस है जिवें गल की मेरी भाजी ने भी इन्हां दे वाइफ उत्थे ने वो प्रॉपरली उत्थे दे कल्चर दे हिसाब नाल एटमोसफेयर दे हिसाब नाल उन्हां नूं समझा सकदे ने भी तुसीं किस तरह इत्थे रहना की इन्हां दा सिस्टम है सो पेरेंट्स नूं भी चाहीदा जदों भी डिसीजन लो बच्चे नूं बाहर भेजण लई इह जरूर देखिया करो भी कंपनी किन्नी क सर्विसिज़ दे रही है एक्सपीरियंस की है लास्ट तकरीबन 350 वीज़ा इनटेक दे विच आए ने बिल्कुल भाजी ये फेब मार्च इनटेक है 350 वीज़ा 354 वीज़ा प्रिसाइसली हुणे आ चुके है हजे होर भी फाइल्स लॉज ने एम्बेसी जिहड़ा कि साडा सक्सैस रेट 92% ते है बड़ी वधिया गल है क्योंकि हौली हौली बच्चा दा रुझान फिर ऑस्ट्रेलिया वल नूं वध रहा चाहे वह प्लस टू पास आउट बच्चा है चाहे वह बैचलर्स पास आउट बच्चा है जिहड़ा कि एक स्पाउस वीजे नाल जाना चाहता है ऑस्ट्रेलिया एक वधिया डेस्टिनेशन है इंटरनेशनल स्टूडेंट लई एक कॉमन परसैप्शन ये रहिंदा है कि ऑस्ट्रेलिया वीज़ा नहीं दिंदा तां ही इत्थे अज इस मंच ते दस रहे हां कि 354 जिहड़ा है साडा ऑस्ट्रेलिया दा स्टूडेंट वीज़ा फेब मार्च इनटेक लई आ चुके है ते अजे भी तकरीबन 50 तों 60 फाइलां एम्बेसी च लगियां होईयां ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਾਮਿਕਾ ਗੱਬੀ ਅਤੇ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਾਈਵ ਐਂਡ ਪਲੀਜ਼ ਡੂ ਨਾਟ ਫਰਗੈਟ ਟੂ ਸਬਸਕ੍ਰਾਈਬ ਟੂ ਦ ਯੂਟਿਊਬ ਚੈਨਲ ਇੱਕ ਚੀਜ਼ ਤੋਂ ਖੁਦ ਪ੍ਰਭਾਵਿਤ ਹਾਂ ਭਾਅ ਜੀ ਨੇ ਕਿਹਾ ਮੇਰਾ 92% ਸਕਸੈਸ ਰੇਟ ਹੈ 100% ਨਹੀਂ ਕਿਹਾ ਵੀ ਜਾਂ 99, 98, 97 ਵੀ ਨਹੀਂ ਕਿਹਾ ਇੱਥੋਂ ਝਲਕਦਾ ਵੀ ਜੇ 8% ਦੀ ਗੱਲ ਕੀਤੀ ਹੈ ਤਾਂ ਰਿਜੈਕਸ਼ਨ ਦੀ ਵੀ ਗੱਲ ਹੋਈ ਹੈ ਬਟ ਉਹਨੂੰ ਕਹਿੰਦਾ ਬੰਦਾ ਝਿਜਕਦਾ ਨਹੀਂ ਕਿਉਂਕਿ ਦੈਟਸ ਅ ਪਾਰਟ ਆਫ ਯੂਅਰ ਬਿਜ਼ਨਸ ਬਿਲਕੁਲ ਭਾਅ ਜੀ ਦੇਖੋ ਅਸੀਂ ਕੋਈ ਵੀਜ਼ਾ ਆਫਿਸਰ ਤਾਂ ਹੈ ਨਹੀਂ ਨਾ ਅਸੀਂ ਰੱਬ ਹਾਂ ਨਾ ਅਸੀਂ ਠੱਗ ਹਾਂ ਕਿ ਅਸੀਂ ਮੈਂ ਕਹਾਂ ਜੀ 100% ਹੀ ਹੈ ਜਿਹੜਾ ਦੇਖੋ ਇੱਕ ਫਾਈਲ ਜਾ ਰਹੀ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਬੱਚਾ ਕੋਰਸ ਰਿਕੁਆਇਰਮੈਂਟ ਮੈਚ ਕਰੇ ਉਹ ਯੂਨੀਵਰਸਿਟੀ 'ਚ ਐਕਸੈਪਟੇਬਲ ਹੋਏ ਜਿਹਦੇ ਉਹਦੀ ਫਾਈਲ ਐਮਬੈਸੀ ਜਾ ਰਹੀ ਹੈ ਉਹ ਫਾਈਲ ਅਪ ਟੂ ਮਾਰਕ ਹੋਏ ਵੀਜ਼ਾ ਨਹੀਂ ਦੇਣਾ ਇਮੀਗ੍ਰੇਸ਼ਨ ਆਫਿਸਰ ਦੇ ਹੱਥ ਹੈ ਅਗਰ ਵੀਜ਼ਾ ਗ੍ਰਾਂਟ ਹੋ ਰਿਹਾ ਤਾਂ ਵੀਜ਼ਾ ਰਿਫਿਊਜ਼ ਵੀ ਹੋਣੇ ਆ ਅਤੇ ਇਹ ਨਾਲ ਦੀ ਨਾਲ ਹੀ ਚੱਲਣਾ 8% ਸਾਡਾ ਵੀਜ਼ਾ ਰਿਫਿਊਜ਼ਲ ਹੈ ਉਹ ਮੈਂ ਓਪਨਲੀ ਐਕਨੋਲੇਜ ਵੀ ਕਰਦਾ ਭਾਅ ਜੀ ਵੀਜ਼ਾ ਦੀ ਵੀ ਗੱਲ ਕਰਾਂਗੇ ਪਰ ਰਿਜੈਕਸ਼ਨ ਦੇ ਕਾਰਨ ਮੈਂ ਜਾਣਨਾ ਚਾਹੁੰਦਾ ਪਹਿਲੇ ਗਲਤੀਆਂ ਦੇ ਕਾਰਨ ਦੇਖੀਏ ਕਿਉਂਕਿ ਹੁਣ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਉਹ ਨਾ ਕਰਨ ਦੇਖੋ ਭਾਅ ਜੀ ਬੜਾ ਇੱਕ ਕਾਮਨ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਆਪਾਂ ਪਿਛਲੇ ਸ਼ੋਆਂ 'ਚ ਵੀ ਗੱਲ ਕੀਤੀ ਸੀ ਕਿ 5.5 ਬੈਂਡ ਫੀ ਆਫਟਰ ਵੀਜ਼ਾ ਠੀਕ ਹੈ ਜੀ
ਉਹਦੇ ਕਰਕੇ ਮਾਰਕੀਟ 'ਚ ਰਿਫਿਊਜ਼ਲ ਬਹੁਤ ਵੱਧ ਗਈ ਹੈ। ਚਲੋ ਇੱਥੇ ਹੀ ਇੱਕ ਗੱਲ ਕਰਦੇ ਹਾਂ ਆਪਾਂ ਐਡ ਦੀ ਸਵਾਲ ਤੋਂ ਸ਼ੁਰੂ ਕਰਦੇ ਹਾਂ ਤਾਂ ਕਿ ਸਾਡੇ ਪੇਰੈਂਟਸ ਨੂੰ ਸਾਡੇ ਵਿਊਅਰਸ ਨੂੰ ਹਰ ਚੀਜ਼ ਟੈਕਨੀਕਲੀ ਸਮਝ ਆਵੇ। ਐਡ ਆਉਂਦੀ ਹੈ ਜੀ 5.5 ਬੈਂਡ 'ਤੇ ਵੀਜ਼ਾ, ਮੈਂ ਹਾਂ ਜਾਂ ਨਾ ਜੀ ਚਾਹੂੰਗਾ, ਲੱਗਦਾ ਜਾਂ ਨਹੀਂ ਲੱਗਦਾ? ਲੱਗਦਾ ਲੱਗਦਾ। ਹੁਣ ਤੁਸੀਂ ਇੱਥੇ ਗੱਲ ਕੀਤੀ ਸੀ ਨਹੀਂ ਵੀ ਲੱਗਦਾ, ਰਿਜੈਕਸ਼ਨ ਬਹੁਤ ਵੱਡੇ ਪੱਧਰ 'ਤੇ ਆਉਂਦੀ ਹੈ, ਹੁਣ ਉਹ ਕਿਉਂ? ਭਾਅ ਜੀ ਜਿਹੜਾ ਲੋਕ ਨੋਰਮਲੀ ਪ੍ਰਮੋਟ ਕਰ ਰਹੇ ਆ ਉਹ 5.5 ਬੈਂਡ ਜਿਹੜਾ ਹੈ ਉਹ ਡਿਪਲੋਮਾ ਕੋਰਸਿਸ ਲਈ ਪ੍ਰਾਈਵੇਟ ਕਾਲਜਿਸ ਕਰ ਰਹੇ ਹੈ ਜਿਨ੍ਹਾਂ ਦਾ ਸਕਸੈਸ ਰੇਟ ਹੀ 30-35% ਹੈ। ਓਕੇ, ਆਪਾਂ ਹੁਣੇ ਰੀਸੈਂਟਲੀ ਤੁਸੀਂ ਦੇਖੋਗੇ ਕਈ ਕਾਲਜਸ ਦਾ ਮਾਰਕੀਟ 'ਚ ਬੜਾ ਰੌਲਾ ਵੀ ਪਿਆ ਕਿ ਉਹਨਾਂ ਦੀ ਕਈ ਕੋਰਸਿਸ ਦੀ ਐਕਰੀਡੇਸ਼ਨ ਵੀ ਨਹੀਂ ਸੀ ਜਿਨ੍ਹਾਂ ਲਈ ਬੱਚੇ ਲੈ ਕੇ ਗਏ। ਕਈ ਕਈ ਕਾਲਜਾਂ ਦੇ ਜਿਹੜੀ ਆਥੋਰਾਈਜੇਸ਼ਨ ਉਹ ਰੱਦ ਵੀ ਕੀਤੀ ਗਈ ਹੈ ਜਾਂ ਲੈਵਲ ਚੇਂਜ ਹੋਏ ਨੇ? ਲੈਵਲ ਨਹੀਂ ਚੇਂਜ ਹੋਏ ਭਾਅ ਜੀ, ਰੱਦ ਕੀਤੀ ਗਈ ਹੈ ਕਿਉਂਕਿ ਕੋਈ ਨਰਸਿੰਗ ਕੋਰਸਿਸ ਲਈ ਲੈ ਕੇ ਗਿਆ ਜਿਨ੍ਹਾਂ ਕੋਲ ਐਨਮੈਕ ਦੀ ਰਿਕਗਨੀਸ਼ਨ ਸੀ। ਹੁਣ ਹੋਇਆ ਕੀ ਹੈ ਕਿ ਬੱਚੇ ਚਲੇ ਗਏ, ਸਾਲ ਸਾਲ 1.5-1.5 ਸਾਲ ਲਾ ਲਿਆ ਅਤੇ ਹੁਣ ਉਹਨਾਂ ਨੇ ਜਿਹੜਾ ਕੋਰਸ ਕੀਤਾ ਸੀ ਉਹਦੀ ਵੈਲਿਊ ਜ਼ੀਰੋ ਹੋ ਗਈ। ਪ੍ਰਾਈਵੇਟ ਕਾਲਜਿਸ ਵੈਸੇ ਵੀ ਜਿਹੜਾ ਹੈ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਇੰਨਾ ਹਾਈ ਨਹੀਂ ਹੈ, 30-35% ਹੈ। ਲੋਕਾਂ ਨੂੰ ਇਹ ਬਸ ਇਹ ਹੋ ਰਿਹਾ ਕਿ 5.5 ਬੈਂਡ ਹੈ ਜੀ ਫੀ ਆਫਟਰ ਵੀਜ਼ਾ, ਉੱਥੇ ਅਪਲਾਈ ਕਰ ਲਓ ਅਤੇ ਰਿਜੈਕਸ਼ਨ ਲੈ ਕੇ ਬੈਠ ਜਾਓ। ਜਿਹੜੀ ਮੈਂ ਗੱਲ ਕਰ ਰਿਹਾ ਭਾਅ ਜੀ 5.5 ਬੈਂਡ 'ਤੇ ਵੀਜ਼ਾ ਲੱਗਦਾ ਜੇ ਤੁਸੀਂ ਅਗਰ ਤੁਹਾਡਾ ਅਕੈਡਮਿਕਲੀ ਤੁਸੀਂ ਥੋੜ੍ਹੇ ਵੀਕ ਹੋ ਜਾਂ ਫਿਰ ਤੁਹਾਡੇ ਆਇਲਸ ਦੇ ਬੈਂਡਸ ਘੱਟ ਹੈ, ਤੁਸੀਂ ਡਿਗਰੀ ਦਾ ਪਾਥਵੇ ਪ੍ਰੋਗਰਾਮ ਲੈ ਕੇ ਜਾ ਸਕਦੇ ਹੋ ਜਿਹਨੂੰ ਅਸੀਂ ਡਿਪਲੋਮਾ ਲੀਡਿੰਗ ਟੂ ਡਿਗਰੀ ਕਹਿੰਦੇ ਹਾਂ। ਅੱਛਾ ਭਾਅ ਜੀ, ਇਹ ਕੀ ਏਜੰਟਾਂ ਨੂੰ ਨਹੀਂ ਪਤਾ? ਬਿਲਕੁਲ ਪਤਾ ਭਾਅ ਜੀ। ਫਿਰ ਕਿਉਂ ਰਿਜੈਕਸ਼ਨ ਵੱਲ ਤੁਰਿਆ ਜਾਂਦਾ? ਹੁਣ ਜਿਵੇਂ OECC ਨੇ ਅਬਵ 90% ਇੱਕ ਸਕਸੈਸ ਹਾਸਿਲ ਕੀਤਾ, ਇੱਕ ਇਮੇਜ ਬਣਾਈ, ਬਾਕੀ ਕਿਉਂ ਨਹੀਂ ਤੁਰਦੇ ਇਸ ਪਾਸੇ? ਕਿਉਂਕਿ ਦੇਖੋ ਇੱਕ ਹੁੰਦਾ ਦੋ ਹੋੜ ਆਏਗਾ ਅਤੇ ਕਮਿਸ਼ਨ ਵੀ ਆਏ, ਦੋ ਹੋੜ ਹੈ ਭਾਅ ਜੀ। ਜਾਂ ਤੁਸੀਂ ਸਾਫ਼ ਸੁਥਰਾ ਕੰਮ ਕਰ ਲਓ ਅਤੇ ਨਾ ਬਣਾ ਲਓ, ਜਾਂ ਤੁਸੀਂ ਛੇਤੀ ਪੈਸਾ ਬਣਾ ਲਓ। ਨਹੀਂ, ਰਿਜੈਕਸ਼ਨ ਕਰਾ ਕੇ ਕਿੱਦਾਂ ਪੈਸਾ? ਦੇਖੋ ਰਿਜੈਕਸ਼ਨ ਨਹੀਂ ਭਾਅ ਜੀ, ਜੇ ਤੁਸੀਂ ਹੁਣ 5.5 ਬੈਂਡ 'ਤੇ ਹੈ, ਪੈਕੇਜ ਕਰ ਰਹੇ ਹੋ 10 ਲੱਖ ਦਾ, 15 ਲੱਖ ਦਾ, ਜੇ 10 'ਚੋਂ 2 ਵੀਜ਼ੇ ਆ ਗਏ, 3 ਵੀਜ਼ੇ ਆ ਗਏ, ਉਹਨਾਂ ਨੇ ਤਾਂ ਆਪਣਾ ਖਾਣਾ ਪੂਰਤੀ ਕਰ ਲਈ ਨਾ। ਤੁੱਕਾ ਲਗਾ ਕੇ ਦੇਖਿਆ ਜਾ ਰਿਹਾ? ਬਿਲਕੁਲ ਤੁੱਕਾ ਹੀ ਹੈ ਭਾਅ ਜੀ, ਤੁਸੀਂ ਫਾਈਲ ਲਾਤੀ, ਠੀਕ ਹੈ, 30,000 ਦਾ 32,000 ਦੀ ਅੰਬੈਸੀ ਫੀਸ ਦਾ ਲੋਸ ਹੈ, ਰਾਈਟ, ਹੋਰ ਤਾਂ ਕੁਛ ਵੀ ਨਹੀਂ ਹੈ। ਮੇਰੇ ਕਈ ਪੈਕੇਜ ਵਾਲੇ ਅੰਬੈਸੀ ਫੀਸ ਤਾਂ ਲੈ ਲੈਂਦੇ ਆ ਵੀ ਆਹ ਲਾਂਗੇ? ਨਹੀਂ, ਬਿਲਕੁਲ ਲੈਂਦੇ ਜੀ, ਅੰਬੈਸੀ ਫੀ ਲੈਂਦੇ ਆ, ਠੀਕ ਹੈ, ਨਾਲ ਦੀ ਨਾਲ ਜੀ ਜਿਹੜੀ ਕਾਲਜ ਦੀ ਐਪਲੀਕੇਸ਼ਨ ਫੀ ਉਹ ਵੀ ਲੈ ਲੈਂਦੇ ਆ, 40-45,000 ਬੱਚੇ ਤੋਂ ਲੈ ਲਿਆ, ਆਪਣਾ ਘਰ ਕਵਰ ਕਰ ਲਿਆ, ਫਾਈਲ ਪਹਿਲਾਂ ਜਾਣੀ ਨਹੀਂ, ਫੀਸ ਪਹਿਲਾਂ ਜਾਣੀ ਨਹੀਂ, ਪੈਕੇਜ ਕਰ ਲਿਆ 10 ਲੱਖ ਦਾ, 12 ਲੱਖ ਦਾ ਫੀਸ ਜਾਣੀ, 3 ਲੱਖ, 2.5 ਲੱਖ, 4 ਲੱਖ ਰੁਪਿਆ, ਉਹਦੇ ਬੇਸਿਸ 'ਤੇ 10 'ਚੋਂ ਜੇ 3 ਵੀਜ਼ੇ ਵੀ ਆ ਗਏ, ਉਹਨਾਂ ਨੇ ਆਪਣਾ ਘਰ ਪੂਰਾ ਕਰ ਲਿਆ ਭਾਅ ਜੀ। ਅਸੀਂ ਇਹ ਨਹੀਂ ਕਹਿ ਰਹੇ ਵੀ 5.5 ਬੈਂਡ 'ਤੇ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ। ਵੀਰੀ ਜੀ ਨੇ ਪਹਿਲਾਂ ਹੀ ਸਵਾਲ ਦਾ ਜਵਾਬ ਦਿੱਤਾ ਸੀ ਵੀਜ਼ਾ ਲੱਗਦਾ, ਇਹ ਨਾ ਲੱਗਣ ਦੇ ਕਾਰਨ ਨੇ। ਹੁਣ 5.5 ਬੈਂਡ ਵਾਲੇ ਜਿਹੜੇ ਬੱਚੇ ਨੇ, ਦੇਖੋ ਕਈ ਬੱਚੇ 2 ਵਾਰ ਟਰਾਈ ਕਰ ਚੁੱਕੇ ਨੇ, 3 ਵਾਰ ਕਰ ਚੁੱਕੇ, ਆਇਲਸ ਬੈਂਡ ਨਹੀਂ ਵੱਧ ਪਾ ਰਹੇ, ਉਹਨਾਂ ਨੂੰ ਕੀ ਗਾਈਡ ਕਰਨਾ ਚਾਹੁੰਦੇ ਜੇ 5.5 'ਤੇ ਵੀਜ਼ਾ ਲੈਣਾ? ਕਿਸ ਤਰ੍ਹਾਂ ਦੀ ਕੰਪਨੀ, ਕਿਸ ਤਰ੍ਹਾਂ ਦੇ ਕਾਲਜ, ਕਿਸ ਤਰ੍ਹਾਂ ਦੇ ਕੋਰਸ ਦੇ ਵਿੱਚ ਅਪਲਾਈ ਕਰਨ ਜੋ ਵੀਜ਼ਾ ਮਿਲ ਸਕੇ? ਦੇਖੋ ਭਾਅ ਜੀ, OECC ਦੀ ਗੱਲ ਕਰੀਏ ਤਾਂ ਅਸੀਂ ਹਮੇਸ਼ਾ ਕੁਆਲਿਟੀ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਆਏ ਹਾਂ ਅਤੇ ਅਸੀਂ ਯੂਨੀਵਰਸਿਟੀ ਪ੍ਰੋਗਰਾਮਸ ਨੂੰ ਹੀ ਪ੍ਰਮੋਟ ਕਰ ਰਹੇ ਹਾਂ, ਠੀਕ ਹੈ, ਹਾਇਰ ਐਜੂਕੇਸ਼ਨ ਨੂੰ ਹੀ ਪ੍ਰਮੋਟ ਕਰ ਰਿਹਾ। ਜੇ ਤੁਹਾਡੇ 5.5 ਬੈਂਡ ਹੈ, ਜੇ ਤੁਸੀਂ 2018 ਪਾਸ ਆਊਟ ਹੋ, ਜੇ ਤੁਹਾਡੇ 58% ਤੋਂ ਵੱਧ ਮਾਰਕਸ ਹੈ, ਚਾਹੇ ਤੁਸੀਂ ਪੰਜਾਬ ਬੋਰਡ 'ਚੋਂ ਪੜ੍ਹੇ ਹੋ ਚਾਹੇ CBSE, 5.5 ਓਵਰਆਲ 5 ਈਚ ਹੈ, ਤਾਂ ਤੁਸੀਂ ਡਿਪਲੋਮਾ ਲੀਡਿੰਗ ਟੂ ਡਿਗਰੀ ਪ੍ਰੋਗਰਾਮਸ ਅਪਲਾਈ ਕਰ ਸਕਦੇ ਹੋ। ਯੂਨੀਵਰਸਿਟੀ ਪ੍ਰੋਗਰਾਮਸ 'ਚ ਅਪਲਾਈ ਕਰੋ, ਜਿਵੇਂ ਕਈ ਯੂਨੀਵਰਸਿਟੀਜ਼ ਹੈ, ਆਪਾਂ ਗੱਲ ਕਰੀਏ ਜੇਮਸ ਕੁੱਕ ਯੂਨੀਵਰਸਿਟੀ ਬ੍ਰਿਸਬੇਨ ਹੈ, ਠੀਕ ਹੈ ਜੀ, ਜਾਂ ਫਿਰ ਆਪਾਂ ਗੱਲ ਕਰੀਏ ਯੂਨੀਵਰਸਿਟੀ ਆਫ ਵੋਲੰਗੋਂਗ ਹੈ, ਰਾਈਟ, ਜਾਂ ਫਿਰ ਆਪਾਂ ਗੱਲ ਕਰੀਏ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਦਾ ਇਨਸਰਚ ਹੈ, ਡਿਪਲੋਮਾ ਪਾਥਵੇ, ਜਾਂ ਮਰਡੋਕ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਜਾਂ ਯੂਨੀਵਰਸਿਟੀ ਆਫ ਐਡੀਲੇਟ ਕਾਲਜ ਲੀਡਿੰਗ ਟੂ ਯੂਨੀਵਰਸਿਟੀ ਆਫ ਐਡੀਲੇਟ ਹੈ, ਉਹ ਬੱਚਿਆਂ ਨੂੰ ਇੱਕ ਪਾਥਵੇ ਪ੍ਰੋਗਰਾਮ ਦਿੰਦੇ ਹੈ ਤਾਂ ਕਿ ਉਹ ਬੱਚਾ ਜਿਹੜਾ ਹੈ ਉਹਦੇ ਅਕੈਡਮਿਕਲੀ ਅਤੇ ਇੰਗਲਿਸ਼ ਵਾਈਜ਼ ਵੀ ਉਹ ਸਟਰੋਂਗ ਹੋ ਜਾਵੇ ਪਹਿਲੇ ਸਾਲ ਡਿਪਲੋਮਾ 'ਚ ਪੜ੍ਹ ਕੇ, ਅਤੇ ਸੈਕਿੰਡ ਈਅਰ ਡਾਇਰੈਕਟ ਐਂਟਰੀ ਉਹਨੂੰ ਡਿਗਰੀ 'ਚ ਬੈਚਲਰ 'ਚ ਮਿਲ ਜਾਵੇ। ਸੋ ਦੇਖੋ ਜੀ, 5.5 ਬੈਂਡ 'ਤੇ ਵੀਜ਼ਾ ਲੱਗਦਾ, ਬਟ ਉਹ ਜਿਹੜਾ ਸਟਾਰ ਕੰਡੀਸ਼ਨ ਅਪਲਾਈ ਆ ਉਹਦੇ ਪਿਛਲੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ। ਅੱਛਾ, ਐਲੀ ਨੂੰ ਲੈ ਕੇ ਵੀ ਗੱਲ ਹੁੰਦੀ ਹੈ ਵੀ ਐਲੀ ਕੋਰਸ ਲੱਗੇਗਾ ਨਹੀਂ ਲੱਗੇਗਾ, ਕਿੰਨੇ ਹਫ਼ਤੇ ਦਾ ਲੱਗੇਗਾ, ਦੈਟ ਆਲ ਡਿਪੈਂਡਸ ਅਪੋਨ ਇੰਸਟੀਟਿਊਟ ਜਾਂ ਪ੍ਰੋਫਾਈਲ। ਪ੍ਰੋਫਾਈਲ ਭਾਅ ਜੀ, ਦੇਖੋ ਹੁਣ ਆਪਾਂ ਜਿਵੇਂ D2D ਦੀ ਗੱਲ ਕਰ ਰਹੇ ਹਾਂ, ਜਿਹੜਾ ਬੱਚਾ D2D 'ਚ ਜਾ ਰਿਹਾ, ਠੀਕ ਹੈ, ਬੈਚਲਰਸ ਦੀ ਡਾਇਰੈਕਟ ਐਂਟਰੀ ਮੀਟ ਨਹੀਂ ਕਰ ਰਿਹਾ, ਉਹਨੂੰ ਐਲੀ ਨਹੀਂ ਲੱਗੇਗਾ ਫਿਰ। ਓਕੇ, ਪਰ ਜੇ ਤੁਸੀਂ ਹੁਣ ਕਹੋਗੇ ਮੇਰੇ 6 ਓਵਰਆਲ ਹੈ, 5-in-1 ਹੈ, ਠੀਕ ਹੈ ਜੀ, ਅਤੇ ਮੈਂ ਜਾਣਾ ਹੀ ਸਿੱਧਾ ਬੈਚਲਰਸ, ਜੇ ਮੈਂ ਪਾਥਵੇ ਨਹੀਂ ਲੈਣਾ, ਫਿਰ ਤੁਹਾਨੂੰ ਐਲੀ ਲੱਗੇਗਾ, ਠੀਕ ਹੈ। ਜਿਹੜੀ ਨੋਰਮਲ ਬੈਚਲਰਸ ਦੀ ਰਿਕੁਆਇਰਮੈਂਟ, ਦੈਟ ਇਜ਼ 6 ਓਵਰਆਲ 5.5 ਈਚ ਬੈਂਡ। ਜੇ ਤੁਹਾਡਾ ਇੱਕ ਅੱਧਾ ਬੈਂਡ ਉੱਪਰ ਥੱਲੇ ਹੁੰਦਾ ਤਾਂ ਤੁਹਾਨੂੰ 10 ਵੀਕ ਦੀ ਜਿਹੜੀ ਐਲੀ ਲੱਗਣੀ ਹੈ ਜੀ। ਸੋ 5.5 'ਤੇ ਵੀਜ਼ਾ ਆਉਂਦਾ, ਬਟ ਕਿਸ ਨੂੰ ਆਏਗਾ, ਕਿਵੇਂ ਆਏਗਾ, OECC ਨੇ ਸਮਝਾਇਆ ਆਸਟ੍ਰੇਲੀਅਨ ਕੰਪਨੀ OECC ਦੁਆਰਾ ਕੋਈ ਵੀ ਜਾਣਕਾਰੀ ਚਾਹੀਦੀ, ਕਿਉਂਕਿ ਇਹਨਾਂ ਦੇ ਆਫਿਸ ਆਸਟ੍ਰੇਲੀਆ ਦੇ ਵਿੱਚ ਵੀ ਨੇ, ਜਿਵੇਂ ਦੱਸਿਆ ਬ੍ਰਿਸਬੇਨ, ਪਰਥ, ਸਿਡਨੀ, ਮੈਲਬਰਨ, ਚਾਰੋਂ ਡੈਸਟੀਨੇਸ਼ਨ ਜਿਹੜੀਆਂ ਸਾਡੇ ਪੰਜਾਬੀ ਖਾਸ ਕਰ ਜਾਂਦੇ ਆ, ਉੱਥੇ ਇਹਨਾਂ ਦੇ ਆਫਿਸਿਸ ਨੇ। ਸਰਵਿਸ ਸਟੂਡੈਂਟ ਵੀਜ਼ਾ ਤੋਂ ਲੈ ਕੇ PR ਤੱਕ ਦੀ
हर तरह की सर्विस प्रोवाइड कराई जाती है। उस तो इलावा जेडे पोस्ट लैंडिंग सर्विसिज या जॉब नू लैके सर्विसिज वह भी OECC प्रोवाइड कराउंदा। कोई भी इन्हां द्वारा सर्विस चाहिए तो इन्हां दे नंबर पर कॉल करके राबता कायम कर सकते हो। जो काउंसलिंग लैना चाहते हो फ्री ऑफ कॉस्ट किसी भी ऑफिस दे विच विजिट किया जा सकता। हुण मैं सब तो वड्डा मुद्दा एक डिस्कस करना चाहुंदा क्योंकि ये सब तो मेन सवाल है भी फंडस की गल हुंदी है भी फंड रिक्वायर्ड नहीं ने एक्चुअल दे विच नहीं ने या चाहिए होंगे है कभी भी अंबैसी ऑफिसर डिमांड कर सकता है की कहना भाजी? भाई सब तो पहला गल यह है कि अगर आप इमीग्रेशन की वैबसाइट पर जाइए तो उत्थे साफ मैनशन किया है कि द स्टूडेंट शुड हैव जेन्युइन एक्सेस टू फाइनैशियल्स होने चाहिए। ठीक है, तुम एक पराए मुल्च पढ़न जा रहे हो तो इन्ना पैसा होना चाहिए कि तुम एक साल की फीस कवर कर सको, तो इन्ना पैसा होना चाहिए कि तुम अपने लिविंग एक्सपेंसिज कवर कर सको। वो यही कहेंदे कि तुहाडे फाइनैंशियल्स 15 दिन पुराने हैं, 1 महीने पुराने चाहिए, 3 महीने पुराने चाहिए, इदा की ऐसा इमीग्रेशन की कोई रिक्वायरमेंट नहीं। हुण गल इदा आ जाती है कि मार्केट कहा जाता नो फंड्स रिक्वायर्ड विच इज़ अ रोंग थिंग। तुसी हर यूनिवर्सिटी फाइनैशियल चैक करती है कि कल नू बच्चा साढ़े इतने आ रहा है, ये तो नहीं होगा कि आंदे सर कहेगा जी मेरे को तो फीस देने दे पैसे नहीं तो हूँ मैं की करा। फाइनैशियल चैक हर यूनिवर्सिटी करती है। एम्बैसी भी सुजैसट करती है कि तुम जब अपनी वीज़ा फाइल आओ तो फाइनैशियल्स अपलोड करो, जे नहीं करते तो वीज़ा सक्सैस रेट पर भी बिल्कुल फर्क पैंदा है। और अगर तुम नहीं भी करते तो फिर भी जिहड़ा वीज़ा ऑफिसर है किसी भी टाइम तुहानू फोन करके या ईमेल के थ्रू डिमांड कर सकता कि विद इन दिस टाइम फ्रेम तुम अपने फाइनैशियल्स प्रोड्यूस करो ताकि उन्होंने एक तसली हो जाए कि तुहाडे कोल जेन्युइन फाइनैंसिस हैगे। भाई एक चीज़ जिहड़े 350 वीज़ा तकरीबन 340 वीज़ा आए किन्ने क दे विचों डिमांड किए गए फाइल 1, 2, 4 दे रैंडमली जिवें पिक करदे वी फंड्स? देखो भाजी साडी कोशिश यही होंदी है कि हर फाइल जिहड़ी असी वीज़ा लॉन्च करदे उहदे नाल फाइनैंशियल अटैच हो। तुसीं ऑलरेडी ला के पई? ठीक है, असी नहीं चाहते। देखो कोई भाजी यही नहीं चाहता, देखो असी कोई पैकेज वाली कंपनी का है नहीं। ठीक है, असी अपने वीज़ा सक्सैस रेट पर आप काम करते हैं, जेन्युइन एडवाइस पर काम करते हैं, तो साडा जिहड़ी इनकम सोर्स है वह कमीशन बेस है ज़्यादा। ठीक है, सानूं यही होंदा कि बच्चे की अगर साडे कोल आया है साडे ते फेथ करके आया तो वह वीज़ा आना चाहिए। इस करके जिहड़ी साडी फाइलिंग है बड़ी कंप्लीट जाती है, असी बच्चों तो भी फाइनैशियल डिमांड करते हैं तो फाइनैशियल अपलोड करके असी पैसे भेजते हैं जी। सो ये 354 वीज़ा चो कुछ बच्चों नाल तुहानूं मिलाना चाहते हैं ताकि वो बच्चे भी थोड़ा दस पाउन जो OECC गए सी किस तरह लग्या कि वो क्वेरी सीगियां ते सर्विसेज लैके की एक्सपीरियंस रहा, आओ मिलते हैं उन बच्चे नूं। माय नेम इज हरप्रीत कौर एंड टुडे आई एम वेरी हैप्पी बिकॉज आई गॉट माय वीजा एंड आई वांट टू से थैंक यू टू OECC बिकॉज विद देयर हेल्प एंड सपोर्ट आई गॉट ऑस्ट्रेलियन वीजा स्पाउस वीजा आफ्टर रिफ्यूजल। I applied for February intake and within 25 days I got my visa. Now I'm going to Australia with my husband and once again I want to say thank you to Veer Chawla sir and the entire team of OECC Amritsar. Thank you. दोस्तों हर बच्चे की तमन्ना होती है कि बढ़िया करियर की शुरुआत की जाए तो उस करियर की पहली शुरुआत होती है एक सही एजेंट की चुन करना। दोस्तों साढ़े नाल अज है जसप्रीत करणवीर जिन्हों का सदर क्रॉस यूनिवर्सिटी मेलबर्न का रीसेंटली ऑस्ट्रेलिया स्पाउस वीजा है। तो कॉन्ग्रेचुलेशन जसप्रीत करणवीर एंड आई बिलीव कि तुम जब मेलबर्न पहुँच के मेहनत करोगे डेवलप गुड करियर मेक अ स्मॉल प्राउड मदर भी नाल है राइट। एक बड़े बढ़िया डिसीजन है अच्छे करियर की शुरुआत है। एनी फीडबैक फॉर OECC टीम? Yes, my name is Jasprit Kaur and my husband name is Karan C.P. Singh. हमने अपनी फाइल OECC लगवाई थी। Within 20 days, I got my spouse visa and I'm so thankful to OECC team. My name is Ashmeet. I have recently completed my senior secondary in commerce stream. After that, I have applied, did my IELTS and got 6 bands, not less than 6. After that, I applied my Australian study visa from OECC branch Amritsar and now within 20 days, I got my Australian study visa. And I am also recommend to all of you that please visit once for your study consultant. Hello friends, my name is Mimraj Singh and I have recently completed my senior secondary and after that I got 6 overall, not less than 5.5 band in IELTS. After having a refusal from Canada, I was very confused and then I visited the OECC Global Amritsar branch and I am very impressed from their services and within 20 days I got my Australian study visa and now I am very happy and also thankful to OECC teams and also recommend to all of you please
visit there and take a chance to bright future in abroad. Thank you. Everyone, my name is Uditanshu. I apply my study visa to Australia from OICC. Within 25 days, I got my Australia visa. Thank you, OICC, for giving me all the assistance and guidance among my foil. Inder Kaur and my husband Markeet Singh Manku, Sada Canada, the file of IC, Krishna Vijayi, OICC, the office, to Sada Sapu Dende, which Sada Vijay after care. Thanks, Sansi, Sada B, Sada, Nirtha, Algeria, from the Andean, Onan Sada Bohot Vadia file of IC, and thanks, Sada Simran, Madam, the Yan Sada Bohot Vadia cover Kitta. ਸਾਰਾ ਵੀਜ਼ਾ ਆ ਗਿਆ 8 ਦਿਨ ਦੇ ਵਿੱਚ ਹੀ ਅਸੀਂ ਰਿਪਲਾਈ ਕਰਦੇ ਹਾਂ ਜਿਹੜੇ ਸਾਨੂੰ ਵੇਖ ਰਿਹਾ ਉਹ ਵੀ ਇੱਥੋਂ ਹੀ ਰਿਪਲਾਈ ਆ ਕੇ ਫਾਈਲ ਲਗਾਣ OICC ਦੇ ਆਫਿਸ ਵਿੱਚੋਂ ਤੇ ਇਹਨਾਂ ਦਾ ਕੰਮ ਬਹੁਤ ਹੀ ਵਧੀਆ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਨਾਲ ਸਤਨਾਮ ਸਿੰਘ ਜੀ ਨੇ ਜਿਨ੍ਹਾਂ ਨੇ ਰੀਸੈਂਟਲੀ ਸਟੂਡੈਂਟ ਵੀਜ਼ਾ ਰਿਸੀਵ ਕੀਤਾ ਅੰਮ੍ਰਿਤਸਰ ਬ੍ਰਾਂਚ ਤੋਂ ਤੇ ਇਹ ਸਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੇ ਕੰਗ੍ਰੈਚੁਲੇਸ਼ਨ ਸਤਨਾਮ ਜੀ मैंने OICC अमृतसर ब्रांच बारे मेरे फ्रेंड ने सजेस्ट किया सीगा तो इन्होंने मेरा स्टडी वीजा जल्द तो जल्द मंगवा के दिता मैं हर किसी को सजेस्ट करा कि वो अपना वीजा OICC अमृतसर ब्रांच तो चुका तो जो तो फाइल अंबेसी विच लगी कितना टाइम विच तो रिजल्ट आ गया करीब मेरे 2 दिन लगे सी वीजा दो दिन ओके जी थैंक यू कांग्रेचुलेशन थैंक यू सर माय नेम इज अमदीप सिंह शोहत आई एम फ्रॉम बनारस सिटी एंड मैं अपना वीजा लिया कैनेडा का ਅਤੇ OICC ਬ੍ਰਾਂਚ ਤੋਂ ਮਾਡਲ ਟਾਊਨ ਤੋਂ ਅਤੇ ਮੈਂ ਬਹੁਤ ਹੀ ਬਹੁਤ ਥੈਂਕਸਫੁੱਲ ਹਾਂ ਪੂਰੇ ਸਟਾਫ ਮੈਂਬਰਾਂ ਦਾ ਨਿਸ਼ਾ ਮੈਮ ਦਾ ਸਪੈਸ਼ਲੀ ਟੀਮ ਦਾ ਸਰ ਦਾ ਅਤੇ ਪਹਿਲਾਂ ਮੈਂ ਇੱਕ ਵਾਰੀ ਰਿਫਿਊਜ਼ ਸੀਗਾ ਸਤੰਬਰ ਇਨਟੇਕ ਦੇ ਵਿੱਚ ਟੋਰੋਂਟੋ ਦੇ ਫਾਈਲ ਅਪਲਾਈ ਕੀਤੀ ਸੀ ਉਦੋਂ ਹੁਣ ਮੈਂ ਸੈਂਟਾ ਕੋਲਜ ਦੇ ਵਿੱਚ ਜਾ ਰਿਹਾ ਆਪਣੀ ਡਿਗਰੀ ਕਰਨ ਦੇ ਲਈ 3 ਸਾਲ ਦਾ ਮੇਰਾ ਪ੍ਰੋਗਰਾਮ ਹੈ ਅਤੇ ਮੈਂ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਪੂਰੇ OICC ਸਟਾਫ ਮੈਂਬਰਸ ਦਾ ਪੂਰੀ ਟੀਮ ਦਾ ਅਤੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਮੈਨੂੰ ਵੀਜ਼ਾ ਦਿਵਾਉਣ ਦੇ ਵਿੱਚ ਧੰਨਵਾਦ ਸੋ ਇਹ ਸੀ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਡਾਇਰੈਕਟਲੀ OICC ਦੇ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ ਮੇਰੇ ਨਾਲ ਜੁੜੇ ਨੇ OICC ਤੋਂ ਬੀਰੀ ਚਾਵਲਾ ਜੀ ਗੱਲਬਾਤ ਹੋ ਰਹੀ ਹੈ ਆਸਟ੍ਰੇਲੀਆ ਬਾਰੇ ਥੋੜ੍ਹਾ ਕੁ ਸਮਾਂ ਬਚਿਆ ਮੈਂ ਕੋਈ ਖਾਸ ਮੈਸੇਜ ਭਾਜੀ ਜਾਣਨਾ ਚਾਹੁੰਦਾ ਕਿਉਂਕਿ ਅਪਕਮਿੰਗ ਇਨਟੇਕ ਬਾਰੇ ਰਿਕੁਆਇਰਮੈਂਟਸ ਬਾਰੇ ਕੀ ਕਹਿਣਾ ਕਿਉਂਕਿ ਥੋੜ੍ਹੇ ਜਿਹੇ ਸਮੇਂ 'ਚ ਮੈਂ ਚਾਹੂੰਗਾ ਬੱਚਿਆਂ ਤੱਕ ਭਾਜੀ ਹੁਣ ਜਿਹੜਾ ਅਗਲਾ ਇਨਟੇਕ ਚੱਲ ਰਿਹਾ ਉਹ ਮਈ ਇਨਟੇਕ ਦੇ ਨਾਲ ਜੁਲਾਈ ਇਨਟੇਕ ਚੱਲ ਰਿਹਾ ਐਡਮਿਸ਼ਨਸ ਆਲਰੇਡੀ ਓਪਨ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਆਪਣੇ ਡਾਕੂਮੈਂਟਸ ਲੈ ਕੇ ਆ ਸਕਦੇ ਹੋ ਫ੍ਰੀ ਅਸੈਸਮੈਂਟ ਹੈ ਨੋਰਮਲ ਜਿਹੜਾ ਆਫਰ ਲੈਟਰ ਪ੍ਰੋਸੈਸਿੰਗ ਟਾਈਮ ਹੈ ਉਹ 48 ਆਵਰਸ ਤੋਂ ਲੈ ਕੇ 15 ਡੇਜ਼ ਦੇ ਵਿੱਚ ਹੁੰਦਾ ਡਿਪੈਂਡਸ ਅਪੋਨ ਦੀ ਯੂਨੀਵਰਸਿਟੀ ਠੀਕ ਹੈ ਅਸੀਂ ਇਹ ਨਹੀਂ ਹੈ ਤੁਹਾਡੀ ਪ੍ਰੋਫਾਈਲ ਬਿਲਕੁਲ ਜੈਨੂਅਨਲੀ ਐਵੈਲੂਏਟ ਕੀਤੀ ਜਾਂਦੀ ਅਤੇ ਤੁਹਾਡੇ ਕੋਲ ਆਪਸ਼ਨ ਦੱਸ ਦਿੱਤੀ ਜਾਂਦੀ ਹੈ ਕਿਸ ਯੂਨੀਵਰਸਿਟੀ ਲਈ ਤੁਸੀਂ ਐਲੀਜੀਬਲ ਹੋ ਸਕਾਲਰਸ਼ਿਪਸ ਬਹੁਤ ਅੱਛੀ ਯੂਨੀਵਰਸਿਟੀਜ਼ ਦੇ ਰਹੀਆਂ ਫਿਰ ਤੋਂ ਜੁਲਾਈ ਇਨਟੇਕ ਲਈ ਵੱਖ ਵੱਖ ਯੂਨੀਵਰਸਿਟੀਜ਼ ਔਨ ਸਪੋਟ ਐਡਮਿਸ਼ਨਸ ਲਈ ਵੱਖ ਵੱਖ OICC ਆਫਿਸਿਸ ਜਾ ਰਹੀਆਂ ਅਤੇ ਤੁਸੀਂ ਅਪਲਾਈ ਕਰ ਸਕਦੇ ਹੋ 10% ਤੋਂ ਲੈ ਕੇ 25% ਤੱਕ ਦੀ ਸਕਾਲਰਸ਼ਿਪਸ ਜਿਹੜੀਆਂ ਯੂਨੀਵਰਸਿਟੀਜ਼ ਪ੍ਰੋਵਾਈਡ ਕਰ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਜੀ ਸੋ ਸਕਾਲਰਸ਼ਿਪਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਬੀਰੀ ਜੀ ਨੂੰ ਮਿਲਣਾ ਅਤੇ ਅਪੁਆਇੰਟਮੈਂਟ ਲੈ ਕੇ ਜਾਇਓ ਤਾਂ ਕਿ ਪ੍ਰੋਪਰਲੀ ਟਾਈਮ ਵਾਈਜ਼ ਤੁਹਾਨੂੰ ਉਹ ਮਿਲ ਪਾਉਣ ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ ਬਟ ਭਾਜੀ ਸ਼ੋਅ 'ਚ ਆਉਣ ਲਈ ਧੰਨਵਾਦ ਥੈਂਕ ਯੂ ਸੋ ਮਚ ਭਾਜੀ ਅਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰੇ ਦਰਸ਼ਕਾਂ ਦਾ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ